ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਮਾਈ ਵਲੌਗ। ਅਤੇ ਅੱਧੇ ਲੋਕ ਜਾ ਆਪਾਂ ਆਏ ਹਾਂ ਖਡੂਰ ਸਾਹਿਬ, ਅਤੇ ਹੁਣ ਆਪਾਂ ਜਾ ਰਹੇ ਹਾਂ ਗੁਰਦੁਆਰਾ। ਗੁਰਦੁਆਰਾ ਕਿਹੜਾ ਤੁਹਾਨੂੰ ਸਰਪ੍ਰਾਈਜ਼ 'ਚ ਪਤਾ ਚੱਲੂਗਾ। ਚਲੋ ਹੁਣ ਆਪਾਂ ਚੱਲਦੇ ਹਾਂ। ਆਹ ਵੇਖੋ, ਤੁਸੀਂ ਵੇਖ ਹੀ ਸਕਦੇ ਹਾਂ, 'ਚ ਗਲੀਆਂ ਗੁਰਦੁਆਰੇ ਦੀਆਂ, ਇਹਦੀ ਆਪਾਂ ਜਾਵਾਂਗੇ। ਅਤੇ ਆਹ ਵੇਖੋ ਕਿੰਨਾ ਪੁਰਾਣਾ ਬੋਰਡ ਇੱਥੇ, ਅਤੇ ਆਹ ਵੇਖ ਸਕਦੇ ਹੋ ਬਹੁਤ ਵੱਡਾ ਬੋਰਡ ਹੈ, ਉੱਥੋਂ ਤੱਕ ਹੈ ਜੜ੍ਹਾਂ ਥੱਲੇ ਨਿਕਲੀਆਂ ਪਈਆਂ ਬੋਰਡ ਦੀਆਂ। ਆਹ ਵੇਖੋ ਗੇਟ, ਆਹ ਬੱਸਾਂ ਖੜੀਆਂ ਅੰਦਰ। ਇਹ ਵੇਖੋ ਕਿੱਡਾ ਸੋਹਣਾ ਗਾਰਡਨ ਗੁਰਦੁਆਰੇ ਦਾ ਸਪੈਸ਼ਲ ਬਣਾਇਆ ਗਿਆ, ਵੇਖ ਸਕਦੇ ਹੋ ਤੁਸੀਂ। ਆਹ ਵੇਖੋ ਲਓ ਜੀ, ਆਪਾਂ ਹੁਣ ਇੱਥੋਂ ਇਹਨੂੰ ਮੁੜਨਾ ਇੱਧਰ ਬੰਨੇ, ਚੱਲਦੇ ਹਾਂ ਹੁਣ ਇੱਧਰ। ਵੇਖੋ ਬਾਜ਼ਾਰ ਲੱਗਿਆ ਹੋਇਆ, ਭੀੜ ਵੇਖ ਸਕਦੇ ਹਾਂ ਬਾਈ, ਖਡੂਰ ਸਾਹਿਬ ਦੀ ਭੀੜ। ਉਹ ਵੇਖੋ ਛੋਟਾ ਜਿਹਾ ਮੋਲ ਉੱਥੇ, ਅਤੇ ਹੁਣ ਚੱਲਦੇ ਹਾਂ ਆਪਾਂ। ਇੱਥੇ ਵੱਡੀਆਂ ਵੱਡੀਆਂ ਗੱਡੀਆਂ ਹੁੰਦੀਆਂ, ਵੇਖੋ ਪਤਾ ਨਹੀਂ ਕਿਹੜੇ ਕੰਪਨੀ ਦੀ ਗੱਡੀ ਹੈ, ਕਮੈਂਟ 'ਚ ਦੱਸਿਓ। ਆਹ ਵੇਖੋ ਲੋਗੋ ਵੀ ਵੇਖ ਲਓ ਬਈ, ਭੱਜਣਾ ਪਈ ਜਾਂਦਾ, ਬਹੁਤ ਲੇਟ ਹੋ ਗਏ ਆਪਾਂ। ਚਲੋ ਹੁਣ ਤੁਹਾਨੂੰ ਉੱਥੇ ਮਿਲਦੇ ਹਾਂ ਜਾ ਕੇ। ਆ ਗਏ ਗੁਰਦੁਆਰਾ ਟਪਿਆਨਾ ਸਾਹਿਬ, ਉਹ ਵੇਖੋ ਬੋਰਡ ਲੱਗਿਆ ਹੋਇਆ, ਅੰਦਰ ਵੀ ਚੱਲਦੇ ਹਾਂ। ਅਤੇ ਹੁਣੇ ਆਪਾਂ ਚੱਲਦੇ ਹਾਂ ਜੋੜਾ ਘਰ, ਜੋੜੇ ਤਾਰਨ। ਚਲੋ ਜੀ ਹੁਣ ਆਪਾਂ ਜੋੜੇ ਤਾਰਤੇ ਹੈ, ਹੁਣ ਆਪਾਂ ਹੱਥ ਧੋਨੇ। ਚਲੋ ਹੁਣ ਆਪਾਂ ਚੱਲਦੇ ਹਾਂ, ਹਾਏ ਬਾਈ ਠੰਡਾ ਪਾਣੀ। ਆ ਚੱਕੋ ਬਾਈ, ਆ ਗਏ ਹਾਂ ਹੁਣ ਆਪਾਂ ਗੁਰਦੁਆਰਾ। ਵੇਖੋ ਬਾਈ ਕਿੱਡਾ ਸੋਹਣਾ ਗੁਰਦੁਆਰਾ ਟਪਿਆਨਾ ਸਾਹਿਬ, ਆਹ ਵੇਖੋ ਕਿੱਡਾ ਸੋਹਣਾ। ਚਲੋ ਹੁਣ ਇੱਥੇ ਇੱਕ ਵਾਰੀ ਪਾਣੀ ਇਸ਼ਨਾਨ ਕਰਾਂਗੇ, ਅਤੇ ਬਾਜੂ ਆਪਾਂ ਗੁਰਦੁਆਰੇ ਜਾਂਦੇ ਮੱਥਾ ਟੇਕਣ। ਅਤੇ ਇਹ ਬਾਬਾ ਮਰਦਾਨਾ ਜੀ ਦਾ ਗੁਰਦੁਆਰਾ ਹੈ, ਬਾਕੀ ਮੈਨੂੰ ਜ਼ਿਆਦਾ ਧਿਆਨ ਨਹੀਂ ਗਾ, ਤੁਸੀਂ ਬੋਰਡ ਪੜ੍ਹ ਲਓ। ਚਲੋ ਹੁਣ ਆਪਾਂ ਚੱਲਦੇ ਹਾਂ, ਇੱਕ ਵਾਰੀ ਮੱਥਾ ਟੇਕ ਲਈਏ, ਫਿਰ ਆਪਾਂ ਆ ਕੇ ਪਾਣੀ ਇਸ਼ਨਾਨ ਕਰਦੇ ਹਾਂ। ਬਾਈ ਜੀ ਤੁਸੀਂ ਖਡੂਰ ਸਾਹਿਬ ਆਓ ਅਤੇ ਇਹ ਗੁਰਦੁਆਰਾ ਜ਼ਰੂਰ ਦੇਖ ਕੇ ਜਾਇਓ। ਅਤੇ ਚਲੋ ਇੱਧਰ ਵੇਖੋ, ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਇੱਧਰ ਵੀ ਵੋਲਸ ਪਈ ਜਾਂਦੀ ਹੈ। ਅਤੇ ਹੁਣ ਆਪਾਂ ਚੱਲਦੇ ਹਾਂ ਮੱਥਾ ਟੇਕਣ ਗੁਰਦੁਆਰੇ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ। ਆ ਵੇਖੋ ਕਿੱਡਾ ਸੋਹਣਾ ਬਣਾ ਰੱਖਿਆ, ਵਾਹਿਗੁਰੂ, ਕੈਮਰੇਜ਼ ਲੱਗੇ ਉੱਤੇ। ਨਾਮ ਗੁਰੂ ਨਾਨਕ।
ਹੁਣ ਆਪਾਂ ਮੱਥਾ ਟੇਕ ਲਿਆ ਅਤੇ ਹੁਣ ਆਪਾਂ ਪ੍ਰਸ਼ਾਦ ਲਵਾਂਗੇ ਅਤੇ ਬੱਚੋ ਆਪਾਂ ਜੀ ਇਸ਼ਨਾਨਾ ਕਰਦੇ ਹਾਂ। ਆਹ ਵੇਖੋ ਇੱਥੇ ਅੰਦਰੋਂ ਵੀ ਬਹੁਤ ਸੋਹਣਾ ਇੱਧਰ ਗੇਟ ਲੱਗਿਆ ਹੋਇਆ, ਉੱਥੇ ਆਪਣਾ ਖੰਡਾ ਲੱਗਿਆ ਹੋਇਆ। ਚਲੋ ਹੁਣ ਚੱਲਦੇ ਹਾਂ। ਆਹ ਵੇਖੋ ਹੁਣ ਕਿੱਡਾ ਸੋਹਣਾ ਬਣਿਆ ਹੋਇਆ ਇੱਧਰ, ਚਾਰੇ ਬੰਨੇ ਹੋ ਦੇਖ ਸਕਦੇ ਹੋ। ਚਲੋ ਹੁਣ ਪੰਜ ਇਸ਼ਨਾਨ ਕਰ ਲਏ। ਚਲੋ ਜੀ ਹੁਣ ਆਪਾਂ ਪੰਜ ਇਸ਼ਨਾਨ ਕਰ ਰਹੇ ਹਾਂ ਅਤੇ ਹੁਣ ਆਪਾਂ ਚੱਲਦੇ ਹਾਂ ਅਗਲੇ ਗੁਰਦੁਆਰਾ ਸਾਹਿਬ। ਅਤੇ ਆਹ ਵੇਖੋ ਜੀ ਕਿੱਡਾ ਸੋਹਣਾ ਬਣਿਆ ਹੋਇਆ, ਇੱਥੋਂ ਫੁੱਲ ਲੱਗੇ ਆ ਅੰਦਰ, ਅਤੇ ਇੱਧਰ ਆਪਣੇ ਇੱਧਰ ਲੈਂਟਨ ਲੱਗੇ ਆ, ਰਾਤ ਨੂੰ ਜਾਗਦੇ ਆ ਇੱਥੇ, ਰੋਸ਼ਨੀ ਹੁੰਦੀ ਹੈ। ਅਤੇ ਵੇਖ ਸਕਦੇ ਹੋ ਜੀ ਕਿੱਡਾ ਸੋਹਣਾ ਲੱਗਦਾ ਗੁਰਦੁਆਰਾ। ਉਹ ਲੇਡੀਜ਼ ਵਾਸਤੇ ਨੋਨ ਵਾਲਾ ਬਣਿਆ ਹੋਇਆ। ਚਲੋ ਜੀ ਹੁਣ ਆਪਾਂ ਇਹਦੀ ਚੱਲਦੇ ਹਾਂ। ਆਹ ਵੇਖੋ ਇੱਕ ਆਹ ਗੇਟ ਹੈ, ਆਹ ਵੇਖੋ ਜੀ ਕਿੱਡਾ ਅੱਗੇ ਤੱਕ ਜਾਂਦਾ ਰਾਹ। ਅਤੇ ਇੱਧਰ ਵੀ ਵੇਖ ਸਕਦੇ ਹੋ ਤੁਸੀਂ ਕਿੱਡਾ ਲੰਮਾ ਰਾਹ। ਅਤੇ ਆਹ ਵੇਖਿਓ ਕਿੱਡਾ ਸੋਹਣਾ ਗਾਰਡਨ ਬਣਾਇਆ ਹੋਇਆ ਗੁਰਦੁਆਰੇ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ। ਵੇਖ ਸਕਦੇ ਹੋ ਤੁਸੀਂ ਇੱਧਰ ਵੀ ਕਿੱਡਾ ਸੋਹਣਾ, ਇੱਥੋਂ ਢਲਾਣ ਬਣਦੀ ਹੈ ਆਪਣੀ ਥੱਲੇ ਜਾਣ ਵਾਲੀ। ਇੱਥੋਂ ਵੇਖੋ ਆ ਗੁਰਦੁਆਰਾ ਜਿੱਥੋਂ ਆਪਾਂ ਮੱਥਾ ਟੇਕ ਕੇ ਆਏ ਹਾਂ, ਵੇਖੋ ਕਿੱਡਾ ਸੋਹਣਾ ਲੱਗਦਾ। ਅਤੇ ਆ ਤੁਸੀਂ ਪੋਜ਼ ਕਰਕੇ ਪੜ੍ਹ ਲਓ। ਇਹ ਉਸ ਟਾਈਮ ਦੀ ਬਣੀ ਹੋਈ ਹੈ ਜਦੋਂ ਗੁਰੂ ਅੰਗਦ ਦੇਵ ਜੀ ਇੱਥੇ ਰਹਿੰਦੇ ਸੀ, ਵੇਖ ਸਕਦੇ ਹੋ ਤੁਸੀਂ। ਚਲੋ ਹੁਣ ਚੱਲਦੇ ਹਾਂ ਇਸ ਗੁਰਦੁਆਰੇ ਮੱਥਾ ਟੇਕਣ। ਅਤੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਬੋਰਡ ਵਿਖਾ ਦਈਏ ਜਿਹਨੂੰ ਤੁਸੀਂ ਪੋਸਟ ਕਰਕੇ ਫਿਰ ਪੜ੍ਹ ਸਕਦੇ ਹੋ। ਚਲੋ ਹੁਣ ਗੁਰਦੁਆਰੇ ਦੇ ਅੰਦਰ ਚੱਲਦੇ ਹਾਂ। ਲਓ ਜੀ ਹੁਣ ਆਪਾਂ ਇਸ ਗੁਰਦੁਆਰੇ ਵੀ ਮੱਥਾ ਟੇਕ ਲਿਆ। ਚਲੋ ਹੁਣ ਅਗਲੇ ਗੁਰਦੁਆਰੇ ਚੱਲਦੇ ਹਾਂ। ਆਹ ਵੇਖੋ ਉੱਥੇ ਨਿੱਕੇ ਨਿੱਕੇ ਖੰਡੇ ਲੱਗੇ ਹੋਏ ਹੈ ਅਤੇ ਉੱਧਰ ਵੀ ਹਜੇ ਕੰਸਟਰਕਸ਼ਨ ਦਾ ਕੰਮ ਚੱਲਣਾ ਹੈ, ਫਿਰ ਤੋਂ ਉਹਨੂੰ ਢਾਹ ਦਿੱਤਾ ਗਿਆ ਜੀ। ਆਹ ਵੇਖ ਸਕਦੇ ਹੋ ਹੁਣੀ ਜਿੱਥੋਂ ਜਦੋਂ ਦਾ ਬਣਿਆ ਹੋਇਆ ਜਦੋਂ ਗੁਰੂ ਸਾਹਿਬ ਇੱਥੇ ਰਹਿੰਦੇ ਸੀਗੇ, ਖਾਲਸਾ ਗੇਟਾਂ ਨੂੰ ਸਾਈਡ 'ਤੇ ਪੌਦੇ ਪਏ ਆ, ਸੋਹਣਾ ਲੱਗਦਾ ਸਾਰਾ ਗੁਰਦੁਆਰਾ ਵਧੀਆ ਬਣਾ ਰੱਖਿਆ। ਅਤੇ ਆਹ ਵੇਖ ਸਕਦੇ ਤੁਸੀਂ ਤਲਾਅ, ਤਲਾਅ ਵਾਹਵਾ ਵੱਡਾ ਹੈ, ਡੂੰਘਾ ਵੀ ਕਾਫੀ ਹੈ,
ਤੇ ਪਿੱਛੇ ਯੂਨੀਵਰਸਿਟੀ ਬਣੀ ਹੋਈ ਹੈ ਗੁਰਦੁਆਰੇ ਦੇ ਪਿੱਛੇ। ਚਲੋ ਜੀ ਹੁਣ ਚੱਲਦੇ ਹਾਂ ਆਪਾਂ ਅੱਗੇ, ਜੇ ਆਹ ਵੇਖ ਸਕਦੇ ਹੋ ਇਹਦੀ ਰਸਤਾ ਜਾਂਦਾ ਹੈ ਤੇ ਆਹ ਵੇਖੋ ਇੱਧਰ ਵੀ ਲੱਗੇ ਹੋਏ ਲੈਂਪਸ, ਉਹ ਸਾਈਡ ਵੀ ਆ, ਉੱਧਰਲਾ ਜਗ ਪਿਆ, ਚਾਰੇ ਸਾਈਡਸ ਹੈ। ਆਹ ਵੇਖੋ ਤੁਹਾਨੂੰ ਸਾਰ ਸਰੋਵਰ ਦਿਖਾਉਣਾ ਭੁੱਲ ਗਿਆ ਸੀਗਾ, ਦੇਖ ਸਕਦੇ ਹੋ ਤੇ ਸਾਈਡ 'ਤੇ ਉਹ ਜਿੱਥੇ ਜਾਲੀਆਂ ਲੱਗੀਆਂ। ਚਲੋ ਹੁਣ ਚੱਲਦੇ ਹਾਂ ਆਪਾਂ ਅੱਗੇ ਸੀ, ਅਗਲਾ ਵਲੋਗ ਕੱਲ੍ਹ ਆਊਗਾ। ਜਿੱਥੇ ਨੂੰ ਅੱਧਾ ਵਲੋਗ ਵਧੀਆ ਲੱਗਿਆ ਹੋਇਆ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਨੈਕਸਟ ਵਲੋਗ 'ਚ, ਬਾਏ।